ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਦੋ ਤਿੰਨ ਵੱਡੀਆਂ ਅਪਡੇਟਸ ਕਵਰ ਕਰਾਂਗੇ। ਗੈਰੀ ਸੰਧੂ ਵਨ ਆਈ ਅਤੇ ਗੁਰਲੇਜ ਅਖਤਰ ਦਾ ਗਾਣਾ ਰਿਲੀਜ਼ ਹੋਏਗਾ ਗਿਫਟ ਟਾਈਟਲ ਦੇ ਨਾਲ 2 ਮਾਰਚ ਨੂੰ। ਮਨੀ ਲੌਂਗੀਆ ਦਾ ਗਾਣਾ ਰਿਲੀਜ਼ ਹੋ ਚੁੱਕਿਆ ਹੈ ਨੋ ਗੁੱਸਾ ਟਾਈਟਲ ਦੇ ਨਾਲ। ਨਾਲ ਹੀ ਦਿਲਜੀਤ ਦੋਸਾਂਝ ਦੀ ਚਮਕੀਲਾ ਮੂਵੀ ਦੇ ਵਿੱਚੋਂ ਇਸ਼ਕ ਮਿਟਾਏ ਗਾਣਾ ਜਿਹੜਾ ਉਹ ਰਿਲੀਜ਼ ਕਰ ਦਿੱਤਾ ਗਿਆ। ਇਹਦੇ ਨਾਲ ਹੀ ਬਾਈ ਸਿੱਧੂ ਮੂਸੇਵਾਲਾ ਦੀ ਗੱਲਬਾਤ ਕਰਾਂਗੇ। ਸਿੱਧੂ ਨਾਲ ਜੁੜੇ ਹੋਏ ਫੈਨ ਪੇਜ ਉੱਤੇ ਸਟੈਫਲਨ ਦੀ ਇੱਕ ਲਾਈਵ 'ਚੋਂ ਵੀਡੀਓ ਜਿਹੜੀ ਉਹ ਕਾਫੀ ਵਾਇਰਲ ਹੋ ਰਹੀ ਸੀ, ਜਿਹਦੇ ਵਿੱਚ ਸਟੈਫਲਨ ਦੇ ਵੱਲੋਂ ਦਿਲਮਾ ਗਾਣਾ ਜਿਹੜਾ ਉਹ ਆਪਣੇ ਲਾਈਵ ਦੇ ਵਿੱਚ ਸੁਣਾਇਆ ਜਾ ਰਿਹਾ ਸੀ। ਜਾਣ ਕਰ ਲਈ ਦੱਸ ਦੀ ਕਿ ਸਟੈਫਲਨ ਦੀ ਲਾਈਵ ਦੀ ਇਹ ਪੁਰਾਣੀ ਵੀਡੀਓ ਹੈ। ਸਟੈਫਲਨ ਨੇ ਆਪਣੀ ਲਾਈਵ ਦੇ ਵਿੱਚ ਇਹ ਗਾਣਾ ਜਿਹੜਾ ਉਹ ਸ਼ੇਅਰ ਕੀਤਾ ਸੀ। ਕਾਫੀ ਜਾਣਿਆਂ ਵੱਲੋਂ ਦੋਸਤੋ ਇਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਸਟੈਫਲਨ ਨੂੰ ਨਹੀਂ ਚਾਹੀਦਾ ਕਿ ਉਹ ਆਪਣੇ ਲਾਈਵ ਦੇ ਵਿੱਚ ਆ ਕੇ ਇੱਦਾਂ ਕੋਈ ਵੀ ਗਾਣਾ ਜਿਹੜਾ ਉਹ ਸੁਣਾਏ, ਕਿਉਂਕਿ ਇਸ ਦੇ ਨਾਲ ਗਾਣੇ ਦੀ ਹਾਈਪ ਜਿਹੜੀ ਉਹ ਖਰਾਬ ਹੁੰਦੀ ਹੈ। ਇਸ ਤੋਂ ਪਹਿਲਾਂ ਚੋਰਨੀ ਗਾਣੇ ਵੇਲੇ ਵੀ ਇੱਦਾਂ ਹੀ ਹੋਇਆ ਸੀ। ਬਾਕੀ ਇਸ ਗਾਣੇ ਨੂੰ ਲੈ ਕੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਇਹ ਗਾਣਾ ਹੁਣ ਜਲਦੀ ਹੀ ਰਿਲੀਜ਼ ਕੀਤਾ ਜਾਏਗਾ। ਸਟੈਫਲਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਸਟਾਗ੍ਰਾਮ ਸਟੋਰੀ ਵੀ ਇਸ ਨੂੰ ਲੈ ਕੇ ਸ਼ੇਅਰ ਕੀਤੀ ਗਈ ਸੀ। ਇਹਦੇ ਨਾਲ ਹੀ ਦੋਸਤ ਸਨੀ ਮਾਰਟਨ ਦੇ ਵੱਲੋਂ ਵੀ ਸਿੱਧੂ ਦੇ ਬਾਰੇ ਆਪਣੇ ਇੰਸਟਾਗ੍ਰਾਮ ਚੈਨਲ ਉੱਤੇ ਗੱਲਬਾਤ ਸ਼ੇਅਰ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਬਾਈ ਸਿੱਧੂ ਮੂਸੇਵਾਲੇ ਬਾਈ ਨੂੰ ਬਹੁਤੀਆਂ ਸਪੋਟੀਫਾਈ ਪਲੇ ਲਿਸਟਾਂ ਦੇ ਵਿੱਚੋਂ ਬਲੈਕ ਲਿਸਟਡ ਕੀਤਾ ਹੋਇਆ ਹੈ। ਸਿੱਧੂ ਦੇ ਗਾਣੇ ਉਹਨਾਂ ਪਲੇ ਲਿਸਟਾਂ ਦੇ ਵਿੱਚ ਨਹੀਂ ਦਿਖਾਈ ਦੇ ਰਹੇ, ਜਿਹਦੇ ਚੱਲਦੇ ਹੋਏ ਸਟ੍ਰੀਮ ਕਾਊਂਟ ਜਿਹੜੇ ਉਹ ਘੱਟ ਰਹੇ ਨੇ, ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਜਾਣੇ ਬਾਈ ਸਿੱਧੂ ਮੂਸੇਵਾਲ ਨੂੰ ਜਾ ਕੇ ਸਪੋਟੀਫਾਈ ਦੇ ਉੱਤੇ ਸਟ੍ਰੀਮ ਕਰੋ। ਉਹਨਾਂ ਦਾ ਆਡੀਓ ਮੈਸੇਜ ਤੁਸੀਂ ਥੋੜ੍ਹਾ ਜਿਹਾ ਅੱਗੇ ਸੁਣ ਸਕਦੇ ਹੋ। ਕਿਆ ਜਿਹੜੀ ਵੱਡੀ ਵੱਡੀ ਲੇਵਲ ਹੈ ਨਾ, ਇਹਨੂੰ ਅੱਗੇ ਨਹੀਂ ਆਉਣ ਦੇ ਰਹੀ ਹੈ ਨਾ। ਤੁਸੀਂ ਗਾਣੇ ਸੁਣ ਸਕਦੇ ਨਾ, ਜਾ ਕੇ ਸਪੋਟੀਫਾਈ ਦੇ ਸੁਣੋ ਬਾਈ ਦੇ ਗਾਣੇ। ਕਿਤੇ ਨਾ ਕਿਤੇ ਕੁਛ ਗਲਤ ਹੈ ਨਾ। ਹਾਂ, ਆਪਣਾ ਗਾਣਾ ਡ੍ਰਿਪੀ 14 ਮਿਲੀਅਨ 'ਤੇ ਆ, ਅਤੇ ਮੇਰੇ ਹਿਸਾਬ ਦੇ ਨਾਲ ਹੈ ਨਾ ਇਹ ਹੋਣਾ 30-40 ਮਿਲੀਅਨ 'ਤੇ ਹੋਣਾ ਚਾਹੀਦਾ ਅੱਜ ਦੀ ਡੇਟ ਦੇ ਵਿੱਚ, ਹੈ ਨਾ। ਅਤੇ ਮੈਨੂੰ ਪਤਾ ਕਿ ਤੁਸੀਂ ਤਾਂ ਦੱਬ ਕੇ ਗਾਣੇ ਸੁਣਦੇ ਹੋ ਨਾ, ਅਤੇ ਸ਼ੇਅਰ ਵੀ ਕਰਦੇ ਹੋ, ਬਟ ਜਦੋਂ ਵੱਡੀਆਂ ਵੱਡੀਆਂ ਲੇਬਲਾਂ ਕਿਤੇ ਨਾ ਕਿਤੇ ਬਲੌਗ ਪਾ ਰਹੀਆਂ, ਫਿਰ ਆਪਣੇ ਗੱਲੋਂ ਆਪਣੇ ਵਾਸ ਦੀ ਗੱਲ ਵੀ ਨਹੀਂ ਹੁੰਦੀ, ਹੈ ਨਾ। ਯੂ ਆਰ ਡੀ ਨੋ ਰਿਮੈਂਬਰ ਮੈਨ ਸਿੱਧੂ ਮੂਸੇਵਾਲਾ ਫੋਰਐਵਰ। ਬਾਕੀ ਦੋਸਤੋ, ਮਿਊਜ਼ਿਕ ਇੰਡਸਟਰੀ ਦੀਆਂ ਹੋਰ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ।